मेरे वालों तुम सारे नु प्यार भरी जी सत श्री अकाल। ए क्यों चढ़िया? क्योंकि 35 दा सेल देसी जी गल कर रहे साढ़े सारे कभी देसी कर रहे थे घर का टाइम भी टाइम कद निकलना चाहिए टाइम चाउट आउट रहना चाहिए। मैं हम जाके सेल लेके आया सेल दो पुत्र निकलूगा कि इतना कटना निकल गया निकल गया असि ना टाइम पीस का टाइम 5 मिनट अगे रखते हैं। जे हम इतने 8:23 मिनट हो गए हैं तो मैं इधर रख देना 8:28 मिनट 27 मिनट 26 मिनट इधर कर देना 8:00 देखो पिछे कम पिछे मुड़ने जिदा टाइम पिछे मुड़ता होंगे जिंदगी का जो असं गलतियां करी हुई हैं तो ठीक हो जाए 8:25 इतने हो जाने 30 इतने कर देने बस 8:07 यार 6:07 एक घंटा होर अगे करना पैना इत्थे होना है ऐ ठीक है क्योंकि ना कल मैं बहुत कंफ्यूज हो मैंने अद्धा घंटा लेट कराता ने। मैं कहता पहले यदि सैल बढ़ जब आप घर चू बढ़ते हैं जो इतने बैठता मैं ये मैं पैंती है भी टाइम कि हो गया ये खड़ा जाना तो मैं जानी कि मैं यार हाँ साढ़े 8 ही हो जो तो खड़ा जिन्ने पर खड़ा था दूजी सूई देख ली मैं आता पे अद्धा घंटा पे अद्धा घंटा लेट हो जो काम पर जाने का कल लो जी हम महक कॉल करते हैं वह नैट फिर खत्म तो टाण महक प्रीत। हाँ जी हैलो सत श्रीकाल पैसे खत्म हो गए तेरे उधर गूगल पे च भी खत्म हो गए? अच्छा नैट नहीं चल ता नहीं पैंदे पैसे किहड़ा पादम पैक चल 2 महीने पा दे किहड़ा चल मैनू मड़ा लिख के पर मैसेज भी नहीं होना है ओह मैं तेन क्या कहना था ਕਿਹੜਾ ਹੋਟਲ ਕਿਹੜਾ ਜਿਹੜੇ ਕੰਮ ਕਰਦਾ ਮੰਨਤ ਹੋਲੀਡੇ ਇਨ ਚੱਲ ਮੈਨੂੰ ਲਿਖ ਕੇ ਭੇਜੀ ਮੜਾ ਜਾ ਠੀਕ ਇਹ ਨਾ ਇੱਕ ਹੋਟਲ 'ਚ ਜਿੱਥੇ ਟ੍ਰੇਨਿੰਗ ਲੈ ਰਿਹਾ ਨਾ ਇਹ ਅਤੇ ਜਿਹੜੇ ਹੋਟਲ 'ਚ ਟ੍ਰੇਨਿੰਗ ਲੈ ਰਿਹਾ ਉਹ ਦੱਸਣਾ ਨਹੀਂ ਹੈਗਾ ਉੱਥੇ ਬਗੈਰ ਦੱਸੇ ਜਾਣਾ ਇੱਥੋਂ ਨਾ ਟ੍ਰੇਨਿੰਗ ਲੈ ਰਿਹਾ ਕੁਕਿੰਗ ਦੀ ਵੇਟਰਿੰਗ ਦੀ ਉੱਥੇ ਜਾਣਾ ਹੁਣ ਜਿਹੜਾ ਕਹਿੰਦਾ ਮੇਰਾ ਨੈੱਟ ਖਤਮ ਹੋਇਆ ਵੀ ਪੈਸੇ ਤਾਂ ਹੈਗੇ ਅਤੇ ਫੋਨ 'ਚ ਨੈੱਟ ਨਹੀਂ ਚੱਲ ਰਿਹਾ ਤਾਂ ਉਹਦਾ ਰੀਚਾਰਜ ਹੋਣਾ ਅਤੇ ਹੁਣ ਮੈਂ ਤੇਰੇ ਫੋਨ 'ਚ ਤਾਂ ਪੈਸੇ ਪਾ ਦੇਣੇ ਚੱਲ ਫਿਰ ਨਿਆਣਾ ਵਿੱਚ ਚਲਾਉਣ ਜੋਗਾ ਹੋ ਜਾਂਦਾ। ਕੌਣ ਕੌਣ ਮਹਿਕਪ੍ਰੀਤ ਨੂੰ ਮਿਸ ਕਰਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਫਿਰ ਇੱਥੇ ਹੁਣ ਜਾਂਦਾ ਹੁੰਦਾ ਸੀ ਹੁਣ ਸਾਰਾ ਉਹ ਰੂਟੀਨ ਉਹਦੀ ਹੁਣ ਚੰਡੀਗੜ੍ਹ ਭਰਾ ਕੋਲ ਰਹਿੰਦਾ ਅਤੇ ਉਹਦੀ ਉੱਧਰ ਦੀ ਹੋਈ ਹੋਈ ਹੈ ਅਸੀਂ ਸੋਚਦੇ ਸੈਚਰਡੇ ਸੰਡੇ ਉਹ ਜਾਂ ਇੱਧਰ ਆ ਜਾਣਾ ਚਲੀ ਜਾਂਦਾ ਆ ਜਾਣਾ ਚਲੀ ਜਾਂਦਾ ਬਸ ਇੱਦਾਂ ਚੱਲਿਆ ਹੁਣ ਅਸੀਂ ਜਾਣਾ ਅਸੀਂ ਛਾਪਾ ਮਾਰਨਾ ਮਲਕ ਦੇ ਉਹਦੇ ਹੋਟਲ ਜਿਹੜੇ 'ਚ ਕੰਮ ਕਰਦਾ ਉਹ ਕਹਿੰਦੇ ਕੌਣ ਆ ਗਿਆ ਉਹ ਕਹਿੰਦੇ ਕਾਕਾ ਆ ਗਿਆ ਸਤਨਾਮ ਸਿੰਘ ਆ ਗਿਆ ਜੀ ਸਤਨਾਮ ਸਿੰਘ ਦੇਖ ਕੈਨੇਡਾ ਵਾਲੇ ਬਹੁਤ ਵਧੀਆ ਮਾੜੀ ਦੇਖ ਮਾੜੀ ਜੀ ਮੋਟਰ ਯਾਰ ਠੀਕ ਹੈ ਵਧੀਆ ਉਹ ਵੀ ਲਵਾ ਲਾ ਬਜਾ ਬਜਾ ਹੁਣ ਲੋਕਾਂ ਦੀ ਤਾਰਾਂ ਹੀ ਜੋੜਦਾ ਰਹੂੰਗਾ ਤਾਰਾਂ ਵੀ ਜੋੜਨੇ ਜ਼ਰੂਰੀ ਆ ਬਹੁਤ ਵਧੀਆ ਬਹੁਤ ਵਧੀਆ ਯਾਰ ਬਹੁਤ ਵਧੀਆ ਕੰਟਰੀ ਸੋਹਣੀ ਹੈ ਘੁੰਮਣ ਫਿਰਨ ਵਾਸਤੇ ਬਸ ਉੱਥੇ ਕੱਲ੍ਹ ਵੀ ਵੀਡੀਓ 'ਚ ਮੈਂ ਗੱਲ ਕਹੀ ਤੀ ਉੱਥੇ ਪੈਸਾ ਇੱਥੇ ਐਸ਼ ਹੈ ਨਹੀਂ ਉੱਥੇ ਪੈਸਾ ਵੀ ਐਸ਼ ਵੀ ਹੈ ਐਸ਼ ਨਹੀਂ ਹੈਗੀ ਇੱਥੇ ਐਸ਼ ਹੈ ਇੱਥੇ ਪੈਸਾ ਨਹੀਂ ਉੱਥੇ ਪੈਸਾ ਉੱਥੇ ਐਸ਼ ਨਹੀਂ ਉੱਥੇ ਕੰਮੇ ਕੰਮ ਯਾਰ ਸਾਰਾ ਸਵੇਰੇ ਉੱਠ ਕੇ ਕੰਮ ਕਿੱਥੋਂ ਨੂੰ ਚੱਲਿਆ ਕੰਮ ਨੂੰ ਚੱਲਿਆ ਕਿੱਥੇ ਤੋਂ ਆਇਆ ਕੰਮ ਨੂੰ ਆਇਆ ਕੱਲ੍ਹ ਨੂੰ ਕਿੱਥੇ ਜਾਣਾ ਕੰਮ ਪਰ ਜਾਣਾ ਕਰਨਾ ਕੰਮ ਬਸ ਇੱਥੇ ਵੀ ਨਾਲ ਦੀ ਨਾਲ ਲੱਗੀ ਜਾਂਦੇ ਉੱਥੇ ਨਾਲ ਦੀ ਨਾਲ ਲੱਗੀ ਜਾਂਦੇ ਪਰ ਜੇ ਮੈਂ ਦੇਖਿਆ ਜਾਵੇ ਜਿਹੜੇ ਉੱਧਰ ਦੇ ਪੈਸੇ ਉੱਧਰ ਹਿਸਾਬ ਨਾਲ ਦੇਖ ਉੱਧਰ ਹਿਸਾਬ ਨਾਲ ਘੱਟ ਹੈ ਉਹ ਪੈਸੇ ਦੀ ਵੈਲਿਊ ਇੱਧਰ ਆ ਕੇ ਬਣਦੀ ਇੱਧਰ ਆ ਕੇ ਬਣਦੀ ਉੱਧਰ ਹਿਸਾਬ ਨਾਲ ਜ਼ੀਰੋ ਹੈ ਉੱਧਰ ਦੇ ਆਪਣੇ ਚੱਲਣੇ ਉੱਧਰ ਉਹ ਹਿਸਾਬ ਨਾਲ ਆਪਣੇ ਚੱਲਦੇ ਹਾਂ ਹਾਂ ਉਹ ਪੈਸੇ ਇੱਧਰ ਲੈ ਖਰਚ ਤੇ ਫਿਰ ਉਹਦੀ ਵੈਲਿਊ ਬਣਦੀ ਨਹੀਂ ਬਣਦੀ ਪਰ ਹੁਣ ਆਉਂਦੇ ਨਹੀਂ ਪਹਿਲਾਂ ਲੋਕ ਬਹੁਤ ਭੇਜ ਦਿੰਦੇ ਪੈਸੇ ਹੁਣ ਵੀ ਭੇਜਦੇ ਹੈ ਹੁਣ ਉਹਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਖਰਚੇ ਨਹੀਂ ਪੂਰੇ ਹੁੰਦੇ ਹੈਗੇ ਦੇਖ ਭਾਈ ਡਾਕਟਰ ਸਾਹਿਬ ਇਲੈਕਟਰ ਮੋਟਰ ਦਾ ਕਿਆ ਹਾਲ ਆ ਵੈਸੇ ਠੀਕ ਹੈ ਲਓ ਭਾਈ ਬੱਚਤ ਹੋ ਗਈ ਆਹ ਸੈੱਲ ਖਰਾਬ ਆ ਮੈਂ ਕਿਤੇ ਮੋਟਰ ਸੜ ਗਈ ਜੇ ਮੋਟਰ ਬੰਨੀ ਫਿਰ 3-4 ਹਜ਼ਾਰ ਲੱਗ ਜਾਂਦਾ ਬੰਨਣ ਹੁਣ ਚੱਲ ਵੀ ਬੱਲੇ ਉਹ ਬਈ ਮੁੰਡਿਆ ਕਮਾਲ ਕਰਦੇ ਚੱਲ ਵੀ ਪੈ ਜਾਣੀ ਮੋਟਰ ਲਓ ਜੀ ਦੋਨੇ ਮੋਟਰਾਂ ਚਲਾ ਦਿੱਤੀਆਂ ਛੋਟੀ ਵੀ ਵੱਡੀ ਵੀ ਪਾਣੀ ਮਾਰਦੀ ਹੈ ਨਾ ਪੂਰਾ ਫੁੱਲ ਪਾਣੀ ਆ ਫੁੱਲ ਪਾਣੀ ਆ ਪਾਣੀ ਵਾਧੂ ਹੈ
ਜਿਹੜਾ ਮੈਂ 5 ਮਿੰਟ ਟਾਈਮ ਅੱਗੇ ਕਰਦਾ ਟਾਈਮ ਪੀਸ ਦਾ ਉਹਦਾ ਹੁਣ ਮੈਨੂੰ ਫਾਇਦਾ ਹੋ ਗਿਆ ਕਿ ਮੇਰੀ ਜਿਹੜੀ ਮੈਂ ਡਾਕਟਰ ਨੂੰ ਫੋਨ ਕੀਤਾ ਮੈਂ ਉਹਦੇ ਅਪਾਰਟਮੈਂਟ ਲਿੱਤੀ ਸੀ ਅਤੇ ਉਹਨੇ 12:15 ਬੁਲਾਇਆ ਹੋਇਆ ਮੈਨੂੰ ਹੁਣ ਮੇਰੇ ਕੋਲ 20 ਮਿੰਟ ਪਏ ਆ ਇਹ ਹੋ ਜਾਂਦਾ ਵੀ ਮੈਂ ਫਟੀ ਫਟ ਕਰਾਂਗਾ 11 ਵੱਜ ਗਏ 15 ਮਿੰਟ ਹੁਣ ਫਟੇ ਹਲੇ ਮੈਂ 5 ਮਿੰਟ ਉੱਪਰ ਅਤੇ ਨਿਕਲੇ ਫਟੀ ਫਟ ਗੱਡੀ ਲੈ ਕੇ ਡਾਕਟਰ ਕੋਲੋਂ ਗੱਡੀ 'ਚ ਬੜੇ ਗੱਲਾਂ ਕਰਦੇ ਦੋ ਗੱਲਾਂ ਜ਼ਰੂਰੀ ਗੱਲ ਕਰੋ ਇੱਕ ਆਪਣੇ ਟੀਥ ਦੀ ਸਫਾਈ ਸਫੂਈ ਜੋ ਵੀ ਆ ਡਾਕਟਰ ਦੇ ਬਾਅਦ 6 ਮਹੀਨੇ ਇਹ ਵੀ ਇਹਦੇ 'ਚ ਚੈੱਕਅਪ ਕਰਵਾਉਂਦੇ ਰਹੇ ਕਰੋ ਅਤੇ ਤੀਜਾ 3 ਮਹੀਨੇ ਬਾਅਦ ਆਪਣੀ ਬੋਡੀ 'ਚ ਖੂਨ ਘਟਾਉਂਦੇ ਰਹੇ ਆ ਜੋ ਵੀ ਘਟਾ ਦੇਣਾ ਇਹ ਦੋ ਚੀਜ਼ਾਂ ਜ਼ਰੂਰੀ ਗੱਲ ਕਰੋ ਬਸ ਆਪਣੀ ਲਾਈਫ ਦੇ ਵਿੱਚ ਟੀਥ ਦੀ 6 ਜਾਂ 7 ਕੁ ਬਾਅਦ ਸਫਾਈ ਸਫੂਈ ਜੋ ਵੀ ਕੋਈ ਦੇਖ ਲਿਆ ਕਰੋ ਕੀੜਾ ਕੂੜਾ ਆਪਣੇ ਡਾਕਟਰ ਦੇਖ ਕੇ ਦੱਸ ਦਿੰਦਾ ਅਤੇ ਦੂਜਾ 3 ਮਹੀਨੇ ਬਾਅਦ ਖੂਨ ਘਟਾਉਣਾ ਹੀ ਘਟਾਉਣਾ ਇਹ ਪਾਵਰ ਹੁਣ ਮੈਂ ਥੋੜ੍ਹਾ ਲੇਟ ਹੋ ਗਿਆ ਮੇਰਾ ਲੋਹੜੀ 'ਤੇ ਘਟਾਇਆ ਹੋਇਆ ਅੱਜ ਲੋਕ 1 ਮਹੀਨਾ ਚੱਲ ਪਿਆ 8-9 ਮਹੀਨਾ ਚੱਲ ਪਿਆ ਟਾਈਮ ਹੀ ਨਹੀਂ ਲੱਗਿਆ ਹੈਗਾ ਅੱਜ ਜਾਣੇ ਜਾਣਾ ਅੱਜ ਵੀ ਘੋੜ ਲਈ ਮੈਂ ਘੋੜ ਲਈ ਕਰਨੀ ਹੈਗੀ ਅੱਜ ਤਾਂ ਖੂਨ ਕਢਾਉਣਾ ਹੀ ਕਢਾਉਣਾ ਜੋ ਮਰਜ਼ੀ ਹੋ ਜਾਵੇ ਜਿਹੜਾ ਆਪਾਂ ਨੇ ਕੁਝ ਦਿਨ ਪਹਿਲਾਂ ਹਾਂ ਉਹਦੇ ਵਿੱਚ ਫੋਨ ਕਢਾਉਂਦਾ ਅੱਛਾ ਅਤੇ ਪਹਿਲਾਂ ਨਾ ਗੱਲ ਕਰ ਲਈਏ ਫਿਰ ਕਰਦੇ ਗਏ ਗੱਲ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਤੁਹਾਡਾ ਤੁਹਾਡੇ ਨਾਲੇ ਘਰ ਚੱਲਦਾ ਹਾਂਜੀ ਦੇਖਿਆ ਫਿਰ ਹਾਂ ਤੁਹਾਡੇ ਨਾਲੇ ਘਰ ਚੱਲਦਾ ਜੀ ਬਸ ਅਸੀਂ ਤਾਂ ਐਵੇਂ ਤੁਰੇ ਫਿਰਦੇ ਹਾਂ ਅਸੀਂ ਤਾਂ ਇੱਦਾਂ ਤੁਰੇ ਫਿਰਦੇ ਹਾਂ ਕਹਿ ਦੇਣਾ ਮੇਰੇ ਨਾਲ ਘਰ ਚੱਲਦਾ ਹਾਂ ਭਾਈ ਲੇਡੀਜ਼ ਨਾਲ ਘਰ ਚੱਲਦਾ ਹੁੰਦਾ ਨਹੀਂ ਤਾਂ ਰੱਬ ਸਭ ਨੂੰ ਸੁੱਖ ਰੱਖੇ ਇੱਧਰ ਸਪਰੇਹਾਂ ਹੋ ਰਹੀਆਂ ਕੱਲ ਇਹਦੀ ਵੀ ਫਿਰ ਡੈਂਟਿੰਗ ਸ਼ੈਂਟਿੰਗ ਕਰਵਾ ਕੇ ਲਈਏ ਦਿਨ ਸਾਡੇ ਘੱਟ ਰਹਿ ਗਏ ਉੱਧਰ ਟੂਰ ਦੇ ਤੇ ਇਹਦੀ ਡੈਂਟਿੰਗ ਫੰਡ ਕਰਵਾਈਏ ਟੋਰਚ ਵਰਕ ਕਰਵਾਈਏ ਤਾਂ ਸਕ੍ਰੱਬ ਸਕਰੂਬ ਜਾਂ ਮਸਾਜ ਮਸੂਜ ਚਿਹਰੇ ਦੀ ਕਰਵਾਈਏ ਘੈਂਟ ਲੱਗੇ ਸੋਹਣਾ ਲੱਗੇ ਦੇਖਣ ਨੂੰ ਕੱਲ੍ਹ ਜਿਹੜੀ ਮੈਂ ਵੀਡੀਓ ਪਾਈ ਤੀ ਹਿੰਦੀ 'ਚ ਸਵਾਲ ਬਾਰੇ ਥੋੜ੍ਹਾ ਜਿਹਾ ਬੋਲਿਆ ਤਾਂ ਮੈਂ ਉਹਦੇ ਅਕੋਰਡਿੰਗ ਬੜੇ ਮੈਸੇਜ ਅਤੇ ਟੈਲੀਫੋਨ ਵੀ ਆ ਰਹੇ ਆ ਅਤੇ ਭਾਅ ਜੀ ਕਹਿੰਦੇ ਚੰਗਾ ਤੁਸੀਂ ਕਿਹਾ ਦੇਖੋ ਮੇਰੀ ਕਿਹੜੇ ਉਹਦੇ ਨਾਲ ਕਾਹਦੀ ਦੁਸ਼ਮਣੀ ਆ ਉੱਥੇ ਵੀ ਜਦੋਂ ਮੈਂ ਕਨੇਡਾ ਗਿਆ ਸੀ ਉੱਥੇ ਹਿੰਦੀ ਨੂੰ ਮਿਲਣਾ ਹਿੰਦੀ ਨੂੰ ਮਿਲਣਾ ਮੇਰੀ ਯਾਰ ਉਹਦੇ ਕਾਹਦੀ ਦੁਸ਼ਮਣੀ ਹੈ ਉਹ ਮੈਨੂੰ ਬੋਲਿਆ ਮੈਂ ਉਹਦੇ ਖਿਲਾਫ ਵੀਡੀਓ ਬਣਾ ਦਿੱਤੀ ਇੱਦਾਂ ਸਾਡੇ ਕੋਲ ਆਪਸ ਸਾਡਾ ਕੋਈ ਕੋਈ ਸ਼ਬਦ ਹੀ ਉਹ ਲੜਾਈ ਹੈ ਸਾਡੀ ਦੇਖੋ ਹਸਪਤਾਲ ਦੇ ਵਿੱਚ ਕਿੰਨਾ ਹੁਣ ਉਹ ਦੇਖੋ ਹੁਣ ਹਸਪਤਾਲ ਦੇ ਵਿੱਚ ਪਿਆ ਉਹ ਅਤੇ ਕਿੰਨਾ ਭਾਸ਼ਣ ਦੇ ਰਿਹਾ ਤਾ ਕਿੰਨਾ ਗਿਆਨ ਵੰਡ ਰਿਹਾ ਤਾ ਚੰਗੀਆਂ ਗੱਲਾਂ ਵੀ ਹਿੰਦੀ 'ਚ ਸਵਾਲ ਨੇ ਦੇਖੀ ਦੀ ਵੀਡੀਓ ਦਾ ਮੈਂ ਦੇਖੀ ਗੱਲ ਕੱਲ੍ਹ ਪਰਸੋਂ ਦੇਖੀ ਦੀ ਵੀਡੀਓ ਦੀ ਵੀਡੀਓ 'ਚ ਕਹਿ ਰਿਹਾ ਕਹਿੰਦਾ ਜਿਹਦੇ ਹੱਥ ਪੈਰ ਚੱਲਦੇ ਆ ਦੋ ਟਾਈਮ ਦੀ ਰੋਟੀ ਮਿਲਦੀ ਆਪਣੇ ਆਪ ਨੂੰ ਕਹਿੰਦਾ ਅਮੀਰੇ ਸਮਝੇ ਕਰੋ ਐਵੇਂ ਨਾ ਕਹਿੰਦਾ ਕਨੇਡਾ ਨੂੰ ਭੱਜੇ ਕਰੋ ਐਂ ਕਰੇ ਕਰੋ ਸਹੀ ਗੱਲ ਹੈ ਵੀਰੇ ਹਸਪਤਾਲ ਦੇ ਵਿੱਚ ਨਾ ਇੱਕ ਵਾਰ ਗੇੜਾ ਕੱਢਿਆ ਕਰੋ ਅਸੀਂ ਵੀ ਚੱਲੇ ਹਸਪਤਾਲ 'ਚ ਅੱਜ ਇਹ ਗੇੜਾ ਕੱਢਿਆ ਐਮਰਜੈਂਸੀ ਵਾਰਡ ਵਿੱਚ ਨਾ ਜਿੱਥੇ ਪਏ ਹੁੰਦੇ ਲੋਕ ਬਸ ਸਾਹ ਆਉਣਾ ਪਤਾ ਨਹੀਂ ਜਾਣਾ ਪਤਾ ਨਹੀਂ ਫਿਰ ਬੜੇ ਬੜੇ ਦੇ ਰੱਬ ਚੇਤੇ ਆ ਜਾਂਦਾ ਜਿਹੜੇ ਰੱਬ ਨੂੰ ਕੜੱਬ ਦੱਸਦੇ ਨਾ ਫਿਰ ਰੱਬ ਚੇਤੇ ਆਉਂਦਾ ਉੱਥੇ ਯਾਰ ਵੀ ਰੱਬਾ ਹੁਣ ਬਚਾ ਲਾ ਬਸ ਚੱਲੇ ਚੱਲੀਏ ਆਪਣੇ ਵੀਡੀਓ ਟਾਈਮ ਹੋ ਗਏ 10 ਮਿੰਟ ਰਹਿ ਗਏ ਡਾਕਟਰ ਨੂੰ ਪਹੁੰਚਣ ਦੇ ਮੈਂ ਪੂਰਾ ਟਾਈਮ ਦੇ ਨਾਲ ਨਿਕਲੇ ਹੋਏ ਸੀ ਘਰ ਤੋਂ ਟੋਰ ਕੱਢੀ ਹੋਣੀ ਹੈਗੀ ਕੱਪੜੇ ਪਟੇ ਪਾਈ ਫਿਰਦਾ ਹਲੇ ਉਹ ਲਿਵਰ ਆਉਂਦੇ ਆਉਂਦੇ ਵੱਟ ਗਈ ਉੱਥੇ ਦਰਵਾਜ਼ੇ 'ਚ ਫਸ ਗਈ ਅੱਛਾ ਚੱਲ ਕੋਈ ਨਹੀਂ ਸਾਨੂੰ ਕਿਹੜਾ ਰੋਪੜ ਦੇ ਖੂਨ ਕਢਾਉਣੇ ਜਾਣਾ ਹਾਂ ਸਾਨੂੰ ਕਿਹੜਾ ਰੋਪੜ ਦੇ ਮੋੜ ਦੇਣਾ ਉਹਨਾਂ ਨੇ ਵੀ ਤੁਸੀਂ ਰੋਪੜ ਐਂਟਰ ਨਹੀਂ ਕਰ ਸਕਦੇ ਹੈਗੇ ਵੀ ਬਾਹਰ ਨਿਕਲੋ ਟੌਹਰਾਂ ਦਾ ਭਾਈ ਕਹਿੰਦੇ ਦੰਦ ਗਏ ਸਵਾਦ ਗਿਆ ਕਿਆ ਕਹਿੰਦੇ ਹੁੰਦੇ ਆ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਦੰਦਾਂ ਦੀ ਭਾਈ ਕੇਅਰ ਕਰ ਲਏ ਕਰੋ ਆ ਡੈਂਟਿਸਟ ਕੋਲ ਜਾਣਾ ਬੋਡੀ ਵਿੱਚ ਉੱਥੋਂ ਯਾਰ ਜਿਹੜਾ ਖੂਨ ਹੁੰਦਾ ਬੋਡੀ ਵਿੱਚ ਜਿਹੜਾ ਕਢਾਉਣ ਚੱਲੇ ਆ 3 ਮਹੀਨੇ ਬਾਅਦ ਫਿਰ ਦੁਆਰੇ ਬਣ ਜਾਂਦਾ ਜਾਣੀ ਕਿ ਇੱਕ ਨਾ ਆਪਣੇ ਜੋ ਸਰੀਰ ਵਿੱਚੋਂ ਗੰਦਾ ਖੂਨ ਸਮਝ ਲਓ ਬਾਹਰ ਨਿਕਲ ਜਾਂਦਾ ਅਤੇ ਨਵਾਂ ਖੂਨ ਬਣ ਜਾਂਦਾ ਨਹੀਂ ਉਹੀ ਸਰਕਲ ਹੋ ਜਾਂਦਾ ਆਪਣੇ ਬੋਡੰ ਦੇ ਵਿੱਚ ਇਹ ਥਿਊਰੀ ਹੈ ਮੇਰੀ ਦਾ ਵੀ ਚਲੋ ਇੱਕ ਆਪਾਂ ਪਿੱਛੇ ਦਾ ਪਾਰਟ ਕੱਢ ਦੇਣਾ ਵਿੱਚ ਦੇ ਸਰੀਰ ਬੰਗ ਵਰਗਾ ਹਲਕਾ ਹੋ ਜਾਂਦਾ 20 ਜਨਵਰੀ ਨੂੰ ਆਪਾਂ ਨੇ ਕਰਿਆ ਦੇਣਾ ਹੈ 20 ਜਨਵਰੀ ਨੂੰ ਲੋਹੜੀ ਦਾ ਕਢਾਇਆ ਹੋਇਆ 20 ਜਨਵਰੀ ਦਾ 20 ਜਨਵਰੀ ਦਾ ਲੋਹੜੀ ਦਾ ਕਢਾਇਆ ਅੱਜ ਚੱਲੇ ਫਿਰ ਟਾਈਮ ਹੀ ਨਹੀਂ ਲੱਗਿਆ ਹੈਗਾ ਭੋਲੇ ਹੋਈ ਜਾਂਦੀ ਹੈ ਰਵਾਜਾ ਕਢਾਉਂਦੇ ਆ ਮਾਰੇ ਸੁੱਖੋ ਯਾਰ ਸਾਰੇ ਬੋਡੀ ਦੇ ਪੇਪਰ ਘੜਾ ਰਹਿ ਗਿਆ ਮੁੰਡੇ ਨੂੰ ਦਿਖਾਉਣੇ ਤੇ ਮੈਂ ਚਲੋ ਕੋਈ ਨਾ ਫਿਰ ਦਿਖਾ ਦਾਂਗੇ
दीप डेंटल होस्पिटल डीएवी रोड पर बहुत सोहना डॉक्टर है यार, बहुत वधिया सलाह दिंदा। हुण इहना समझ लई इहदी प्रमोशन करदा पर मैं इहदे कोल आउंदा हुंदा, घैंट डॉक्टर है पूरा दंदां दा। आ टाइमिंग लो जी, दंदा की सफाई तो हो चुकी है तो दंद मार दे लिशकारे डॉक्टर घैंट बंदा तो पूरी वधिया सलाह दी जाने। मैं उन्होंने पूछा मैं होर थोड़े जिन्हें भी वाइट वाइट जी लगने, कहता लोड़े नहीं है इदा नैचुरल ब्यूटी वधिया लगती है। मैं कहा चल ठीक है, नैचुरल ब्यूटी वधिया लगती फिर इतनी रहने दी। गड्डी मोड़ी फिर आप मोड़ो कितना वो क्या कुछ हो गया उधर देखो, तो लिख के भी लाया खूनदान, खूनदान करो जीवन का तोहफा दो। चलो भी खूनदान करिए। लो जी ला गया नंबर पढ़ाइए एक बार खूनदान और लिखा जी सर आपको एक बार दफ्तर जो होंगे जो सुई लगती है उदो बाद तो बस में रिलैक्स हो जाता है। आज निकल चुका शरीर चो कोई चीज़ निकल रही होंगी है। डॉक्टर साहब आ गए ने, डॉक्टर साहब दर्द ना हो गए लो जी। साडा खून तो निकल गया जी, इधर चैकिंग वास्ते बहुत मैं टेस्ट जो हो जाते खून के जो आप खून डोनेट करते हैं। भाई कि टेस्ट हो जाते जी अपने बहुत लगा खून कटा के ਹੁਣ 3 ਮਹੀਨੇ ਪਰ ਜਾਵੇ ਇੱਕ ਹੁਣ ਯਾਦ ਰੱਖਿਆ ਕਰਦਾ ਯਾਰ ਠੀਕ ਹੈ 3 ਮਹੀਨੇ ਬਾਅਦ ਘਟਾਉਣੀ ਕਰਾਉਣਾ ਜਿੱਦਾਂ ਡਾਕਟਰ ਸਾਹਿਬ ਦੱਸਦੇ ਬਹੁਤ ਤਰ੍ਹਾਂ ਦੇ ਜਿਹੜੇ ਖੂਨ ਜਦੋਂ ਬੰਦੇ ਕੋਲ ਨਹੀਂ ਟਾਈਮ ਲੱਗਦਾ ਹੈਗਾ ਕਢਾ ਲੇਟ ਜਦੋਂ ਵੀ ਖੂਨ ਕਢਾਉਂਦੇ ਤਾਂ ਸ਼ੇਕ ਜੂਸ ਪੀਣਾ ਚਾਹੀਦਾ ਉਨੀ ਐਨਰਜੀ ਅੰਦਰ ਲੈਣੀ ਚਾਹੀਦੀ ਫਿਰ ਠੀਕ ਹੈ ਤੰਨੇ ਕੀ ਬਾਤ ਆ ਬਾਈ ਲਿਆ ਭਾਈ ਸ਼ੁਕਰੀਆ ਬਾਈ मैडम जी मेरे नाल बह गए ने मैडम जी घर नूं जाऊंगे जी हेलो मैडम जी क्या पढ़े मैडम जी अच्छा ना मेरे घर को उतरना चल मैं तेरे घर से चीजी खड़ा ना चीजियां बहुत पे मेरे घर एक चीजी मैं लेके भी तेन खड़ाऊंगा ठीक है हम रोटी मेरे घर खा के जानी मैं ठीक है वो जसन उधर पम्मू ਅੱਜ
ਦੇ ਲਓ ਭਾਈ ਕਿਹਦਾ ਨਿਆਣਾ ਇਹ ਐਨ ਗੱਬੇ ਸਾਈਕਲ ਲਈ ਜਾਂਦਾ ਹੈ ਉਹ ਭਾਈ ਦੇ ਦੇ ਸਾਈਡ ਲੈ ਦੱਸੋ ਚਲ ਕੋਈ ਨੀ ਭਾਈ ਅਸੀਂ ਪਿੱਛੇ ਕਰ ਲੈਂਦੇ ਹਾਂ ਤੇ ਹੈ ਘੁਮਾਉਂਦਾ ਜਾਂਦਾ ਲੈ 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 ਖੁੱਲ ਗਿਆ ਦਰਵਾਜ਼ਾ मैडम जी बैठे ने नाल जैसे नहीं पता उतर लो फिर मैं तेरे बारी उधर उतर जा सर नेड़े गड्डी ला दूंगा उतर बारी खोलनी नहीं है पर खड़ जा एक मिनट पता एक मिनट खड़ जा ये राजी आयें करके उतर जा वेरी गुड कर देना बंद पहला तो अपने पुत्र नूं दूंगा मैं गुड्डे एक पैकेट बिस्कुटां दा ठीक है आ जाओ पुत अंदर आ जाओ एसी वाले रूम च नो ठंडे ठंडे बैठिए आ जाओ अंदर आ जाओ मेरा पुत जिन्नियां खा सकदा उन्नियां खवाउणियां चीजें इहनू एक पहली खा जे होर भुख लगी फिर होर खाएं जिन्नी खा सकदी है उन्नियां खवाउणियां ओ तेरे सदके ओ भी दे विच सॉस भी होनी है सॉस तां है नहीं है नहीं भाई जी ना धोखा हो गया साडे नूं तां लेणी पई सॉस पुत्ता प्लेट कर लो फिर एक तुम गल कहूंगा जिन्हें बच्चे खुश करते उन्होंने बच्चे दुआवां लग गई इतने तो इतने चली जाता है अच्छा हम कि खुश है काम अपना इतने तो इतने जाना हम खुश है पता ठीक है तुसी जी लो जिन्हें अपनी घरवाली खुश करती मैं कहना बस मैं नहीं खाना है जी मैं लस्सी पी के आया ना वो पी के आया जो शेक कोई थकान नहीं कोई घबराहट नहीं तो बहुत वधिया फील हो रहा खून कढ़ाने तो बाद हम घड़ी रेस्ट करते हैं सब तो बड़ा दान करके आए हैं ओए होए 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 खून दान महाकल्याण उफो एड्डी सूई होंगी जी बच्चों एक बार दर्द होंगे फिर नहीं चलो हम घड़ी पहने मिलते हैं ब्रेक तो बाद बहुत सोहनी नींद आई है मैं एक चीज़ होर लग रही है जोड़ा सौन का महीना आ होना चाहिए था जो हम भादो का महीना यह सौन का महीना होना चाहिए कि नींद बहुत आ रही यार जो सुता मैं ढाई बजे आ गया तो हूँ टाइम कि होगा साढ़े पाँच हो गए कि साढ़े पाँच घड़ी डाउन हो गई थोड़े मोबाइल पर साढ़े पाँच हो चले हाँ साढ़े पाँच हो चले ढाई बजे पिया तो साढ़े पाँच उठ सवा पूरे पाँच बजे उठा फिर भी उठन जी नहीं तो करता मैं चल यार मना हूँ चली आप ग्राउंड के खून दान करके इन्नी वधिया रिलैक्स फील कर रहे हैं घट्टो घट भी अद्धा किलो खून बच्चे तो वजन निकल गया कढ़ा लो तुम भी तो अज उन्हें डॉक्टर ने कहा कहते कोई एक्टिव खिली खुली ना अपना रैसट करी पानी ज़्यादा पी अज पानी मैं ज्यादा आया दो लीटर पानी पी चुके जूस पी चुके हैं तो अज आप जाके ग्राउंड से खेलते हैं तांस माड़ा मोटा वॉकिंग कर लेंगे होर कोई ना क्रिकेट ना वॉलीबॉल अज ओली तांस आ चौकी आ तिक्की आ गोला आ बादशाह हो जी अज फिर तांस खेडी जाऊगी रोडा भाई ओ फलाना भाई वो तमकाना भाई इधर एम एल ए देखो कदे पत्ते अपने जके जुके आ जाते गोले वेगी कदे अपन दुखे तिके भी आ जाए आप खेलते तो है ऐसी ही लाइफ साड़ी ए लाइफ कद पैसे आ जाते हैं किसी को नहीं भी है खेलना तो सीखो फिर खेलना खेलते तो है फिर भी हूँ तेरे माड़े पत्ते आ गए तू खेलना तो पैना ही है ऐदा ही लाइफ के लाइफ भी इदा ही है भी कद लाइफ के अमीरी आ गई कद गरीबी आ गई सीप खेलते अज वाह तरक्की करके तुम तो यार अच्छा सीप नहीं लाई है देख ला हाँ चाचा जशनी आई हुई है पम्मू आया हुआ भाणज आया हुआ ग्राउंड में प्रैक्टिस कर रहे ने मैं जूम कराया कैमरे का बाद च मिला मैं पहले थोड़ा जहा खेल लव पम्मू फिर जूर खड़े मेरे बहुत ज़्यादा ग्राउंड के बाद च मिला मैं देखो कि जूम कराया कैमरे का इतने असं बैठे तास खेलते हैं
लो जी मेरा भाणजा आ गया। सत श्री अकाल जी, किवें आया, कदों आया जी? अज ही आया है। अज्जे? अच्छा दोपहर आया, ठीक है ठीक है। पम्मू पम्मू ओए ओरे आ, हां वॉलीबॉल खेलन लग्या, देख उधर है किदा पूरा पोजीशन च खड़ा। ए आओ देख, ए ए ए ए आओ देख, ए ओ तेरी पता नहीं यह गर्मी कदों घटूगी, बहुत ज़्यादा गर्मी है। ग्राउंड तुर के सैकल पर गया, मैं तुर के ही जाता हूँ भी, तुर के तो सैकल चला लिया कहीं खड़ा लिया। तो आप हम वीडियो बंद करते हैं, पर मैं खोलिया हुआ मैं टेढ़ा मेढा जहा बन लिया। इधर मैंने देखो नवा स्टाइल भरना, इधर देखो थोड़ा कला करना फिर पता। हाँ देखो बड़ा वन पक कि घंट लग रहा। तो हम वीडियो बंद करते हैं, बहुत बहुत धन्यवाद जी थोड़ा मेरा वीडियो देखने वास्ते। मिलते हैं जो हम दो तीन ब्लॉग अपने बहुत सोहने सोने आने अपने।